ਸਨਮ ਜਵੇਦ, ਤੇਰੀ ਹਿੰਮਤ ਨੂੰ ਸਲਾਮ, ਤੇਰੀ ਦਲੇਰੀ ਨੂੰ ਸਲਾਮ, ਤੇਰੇ ਹਾਸੇ ਨੂੰ ਸਲਾਮ। 14-15 ਮਹੀਨਿਆਂ ਤੋਂ ਜੇਲ੍ਹ ਕੱਟੀ, ਇੰਨਾ ਮੁਸ਼ਕਲ ਟਾਈਮ ਵੇਖਿਆ, ਤੇ ਜਿਹਨੇ ਇੰਨੀ ਜ਼ਰਾਰਤ ਬਰਦਾਸ਼ਤ ਕੀਤੀ, ਫਿਰ ਵੀ ਉਹਦੇ ਮੂੰਹ ਤੇ ਹਾਸਾ, ਉਹਦੇ ਮੂੰਹ ਤੇ ਸਮਾਈਲ, ਤੇਰੀ ਉਸ ਸਮਾਈਲ ਨੂੰ ਸਲਾਮ। ਕੀ ਹਾਲ ਹੈ ਸ਼ਹਿਜ਼ਾਦੇ? ਆਹ ਕੀ ਹੋ ਰਿਹਾ ਜੀ? ਉਹ ਕੀ ਹੋਇਆ? ਤੈਨੂੰ ਗੁੱਸਾ ਕਿਉਂ ਆਇਆ? ਹੈ ਤੈਨੂੰ ਗੁੱਸਾ ਕਿਉਂ ਆਇਆ? ਕੀ ਗੁੱਸਾ? ਬੜੇ ਟੈਸ਼ਨ ਨੇ ਤੇਰੇ ਬਈ। ਆ ਫਰੀ ਨੇ ਫਿਰ ਸਨਮ ਜਾਵੇਦ ਉੱਤੇ ਜਿਹੜੀਆਂ ਇੰਨੀਆਂ ਸਖਤੀਆਂ ਦੰਡ ਕਰ ਲਿੱਤੀਆਂ ਨੇ, ਠੀਕ ਹੈ, ਇੰਨੀਆਂ ਸਖਤੀਆਂ ਬਰਦਾਸ਼ਤ ਕਰ ਲਿੱਤੀਆਂ, ਤੇ ਮਿਜਾਲ ਉਹਨੇ ਉਫ ਆਫ ਕੀਤੀ ਹੋਵੇ ਕੋਈ। ਤੂੰ ਦੇਖ, ਇਹ ਦੋ ਗੱਲਾਂ ਨੀ ਮੇਰੀਆਂ, ਤੂੰ ਦੋ ਸ਼ਰਾਰਤਾਂ ਨੀ ਬਰਦਾਸ਼ਤ ਹੋਈਆਂ ਤੇਰੇ ਕੋਲ। ਅੱਛਾ, ਤੁਹਾਨੂੰ ਪਤਾ ਲੱਗਾ ਸਨਮ ਜਾਵੇਦ ਜਿਹੜੀ ਫਿਰ ਇੱਕ ਵਾਰ ਉਹਨੂੰ ਰਿਹਾ ਕੀਤਾ, ਰਿਹਾ ਕਰਕੇ ਤੇ ਫੌਰੀ ਦੁਬਾਰਾ ਫਿਰ ਉਹਨਾਂ ਨੇ ਕੈਦ ਕਰ ਲਿਆ, ਫਿਰ ਪੜ ਕੇ ਲੈ ਗਏ, ਦੁਬਾਰਾ ਫਿਰ ਗ੍ਰਿਫਤਾਰ ਕਰ ਲਿਆ। ਸਾਡੇ ਮੁਲਕ ਵਿੱਚ ਬਦਮਾਸ਼ੀ ਬੰਦ ਨਹੀਂ ਹੋ ਸਕਦੀ। ਸਿਆਸਤ ਨੂੰ ਇੱਕ ਸਾਈਡ ਤੇ ਰੱਖਣਾ ਚਾਹੀਦਾ। ਤੁਸੀਂ ਸਿਆਸਤ ਦੇ ਵਿੱਚ ਇੱਕ ਦੂਸਰੇ ਦੇ ਸਪੋਰਟਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਰੇਟ ਪਵਾਉਣੀ, ਉਹਨਾਂ ਨੂੰ ਘਰੋਂ ਚੁੱਕਣਾ, ਉਹਨਾਂ ਦੇ ਘਰ ਵਿੱਚ ਤੋੜ ਫੋੜ ਕਰਨੀ, ਇਹ ਬਦਮਾਸ਼ੀ ਬੰਦ ਹੋਣੀ ਚਾਹੀਦੀ। ਤੇ ਸਨਮ ਜਵੇਦ ਵਾਸਤੇ ਇਹ ਚਾਰ ਲੈਣਾ। ਕੁਝ ਉਂਝ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੋਕ ਵੀ ਸੀ, ਕੁਝ ਤੇਰੇ ਸ਼ਹਿਰ ਦੇ ਲੋਕ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਇੱਕ ਨੌਜਵਾਨ ਲੜਕੀ ਜਿਹੜੀ ਇਮਰਾਨ ਖਾਨ ਦੇ ਪਿੱਛੇ ਲੱਗ ਕੇ, ਜਿਹਨੇ ਆਪਣਾ ਘਰ, ਆਪਣਾ ਬੇਟੀ ਹੋਣ ਦਾ ਰਿਸ਼ਤਾ, ਆਪਣਾ ਭੈਣ ਹੋਣ ਦਾ ਰਿਸ਼ਤਾ, ਆਪਣਾ ਬੀਵੀ ਹੋਣ ਦਾ ਰਿਸ਼ਤਾ, ਆਪਣਾ ਮਾਂ ਹੋਣ ਦਾ ਰਿਸ਼ਤਾ ਇੱਕ ਸਾਈਡ ਤੇ ਰੱਖ ਕੇ ਇੰਨੀ ਜੁਰਅਤ ਨਾਲ, ਸਨਮ ਜਵੇਦ ਤੇਰੀ ਹਿੰਮਤ ਨੂੰ ਸਲਾਮ, ਤੇਰੀ ਦਲੇਰੀ ਨੂੰ ਸਲਾਮ, ਤੇਰੇ ਹਾਸੇ ਨੂੰ ਸਲਾਮ। ਅਸੀਂ ਘਰ ਦੇ ਦੋ ਭਾਂਡੇ ਧੋ ਕੇ, ਦੋ ਕੱਪੜੇ ਧੋ ਕੇ ਰੋਣ ਵਰਗੇ ਬੂਥੇ ਬਣਾ ਲੈਂਦੀਆਂ ਵਾਂ, ਲੇਕਿਨ ਤੇਰੀ ਹਿੰਮਤ ਨੂੰ ਸਲਾਮ, ਤੂੰ ਇਮਰਾਨ ਖਾਨ ਦੇ ਪਿੱਛੇ ਇੱਕ ਮਜ਼ਬੂਤ ਔਰਤ ਬਣ ਕੇ ਖਲੋਤੀ ਰਹੀ, ਜਿਹਨੇ ਪਿਛਲੇ 14-15 ਮਹੀਨਿਆਂ ਤੋਂ ਜੇਲ੍ਹ ਕੱਟੀ, ਇੰਨਾ ਮੁਸ਼ਕਲ ਟਾਈਮ ਵੇਖਿਆ, ਥਾਣੇ ਕਚਹਿਰੀਆਂ ਇਹ ਬਹੁਤ ਜ਼ਲਾਲਤ ਹੁੰਦੀ ਏ, ਤੇ ਜਿਹਨੇ ਇੰਨੀ ਜ਼ਲਾਲਤ ਬਰਦਾਸ਼ਤ ਕੀਤੀ, ਫਿਰ ਵੀ ਉਹਦੇ ਮੂੰਹ ਤੇ ਹਾਸਾ, ਉਹਦੇ ਮੂੰਹ ਤੇ ਸਮਾਈਲ, ਤੇਰੀ ਉਸ ਸਮਾਈਲ ਨੂੰ ਸਲਾਮ। ਉਹ ਸਿਰਫ ਇੱਕ ਔਰਤ ਨਹੀਂ, ਛੋਟਿਆਂ ਬੱਚਿਆਂ ਦੀ ਮਾਂ ਵੀ ਏ, ਤੇ ਇਹ ਜ਼ੁਲਮ ਏ, ਇਹ ਜ਼ੁਲਮ ਏ ਉਹਨਾਂ ਬੱਚਿਆਂ ਨਾਲ ਤੇ ਉਹਦੀ ਮਮਤਾ ਨਾਲ। 14 ਮਹੀਨੇ ਥੋੜਾ ਟਾਈਮ ਨਹੀਂ ਹੈ, ਰਹਿ ਕੇ ਵਹਾਓ ਆਪਣੇ ਬੱਚਿਆਂ ਤੋਂ, ਇੱਕ ਹਫ਼ਤਾ ਵੀ ਦੂਰ। ਸਪੋਰਟ ਕਰੋ ਜਿਹਨੇ ਤੇ ਸਾਡਾ ਦਿਲ ਮੁਤਮਈਨ ਹੈ, ਜਿਹਨੇ ਤੇ ਸਾਡਾ ਦਿਮਾਗ ਮੁਤਮਈਨ ਹੈ, ਜਿਹਨੇ ਤੇ ਸਾਨੂੰ ਯਕੀਨ ਹੈ, ਉਹਨੂੰ ਸਪੋਰਟ ਕਰੋ। ਅੱਜ ਦੀਆਂ ਔਰਤਾਂ ਦੀ ਨਿਸਬਤ ਜਿਹੜੀਆਂ ਦੋ ਭਾਂਡੇ ਧੋ ਕੇ ਵੀ ਰੋਂਦੀਆਂ ਨੇ ਨਾ, ਉਹਨਾਂ ਨੂੰ ਇਹ ਪੈਗਾਮ ਹੈ, ਜਿੰਨੀ ਮਰਜ਼ੀ ਮੁਸ਼ਕਲ ਹੋਵੇ ਤੁਸੀਂ ਹੱਸ ਕੇ ਫੇਸ ਕਰੋ, ਜਿਵੇਂ ਸਨਮ ਜਵੇਦ ਹੱਸ ਕੇ ਫੇਸ ਕਰਦੀ ਹੈ। ਸਨਮ ਜਵੇਦ ਤੇਰੀ ਮੁਸਕਰਾਹਟ ਨੂੰ ਸਲਾਮ।